ਪਟਿਆਲਾ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਕਬਰ ਬੇਦੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਹੁਣ ਨਜ਼ਰ ਮਾਰਦੇ ਹਾਂ ਪੰਜਾਬ ਦੀਆਂ ਅਹਿਮ ਖਬਰਾਂ ਤੇ। ਪਹਿਲੀ ਖਬਰ ਦੀ ਗੱਲ ਕਰਾਂਗੇ ਜੋ ਸ਼ਾਹਕੋਟ ਜ਼ਮੀਨੀ ਚੋਣ ਨਾਲ ਸੰਬੰਧਿਤ ਹੈ। ਸ਼ਾਹਕੋਟ ਜ਼ਮੀਨੀ ਚੋਣ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਤੋਂ ਹੀ ਸ਼ੁਰੂ ਹੋ ਗਈ ਸੀ ਅਤੇ ਪਹਿਲੇ ਗੇੜ ਦੇ ਖਤਮ ਹੋਣ ਤੱਕ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰਵਾਲੀਆ ਅੱਗੇ ਰਹੇ। ਕਾਂਗਰਸ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ ਇਸ ਚੋਣ ਵਿੱਚ 38,801 ਦੇ ਫਰਕ ਨਾਲ ਮਾਤ ਦਿੱਤੀ ਹੈ। ਸ਼ਾਹਕੋਟ ਜ਼ਮੀਨੀ ਚੋਣ ਅਕਾਲੀ ਦਲ ਅਤੇ ਕਾਂਗਰਸ ਦੇ ਲਈ ਸਾਖ ਦੀ ਚੋਣ ਸੀ। ਇਹੀ ਕਾਰਨ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਇਸ ਚੋਣ ਮੁਹਿੰਮ ਦੀ ਕਮਾਨ ਸੰਭਾਲੀ। ਲੇਕਿਨ ਅੱਜ ਜਿਵੇਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਸ਼ਾਹਕੋਟ ਦੇ ਲੋਕਾਂ ਨੇ ਆਪਣਾ ਵਿਧਾਇਕ ਲਾਡੀ ਸ਼ੇਰੋਵਾਲੀਆ ਨੂੰ ਚੁਣਿਆ ਅਤੇ ਅਕਾਲੀ ਦਲ ਨੂੰ 38,801 ਦੇ ਫਰਕ ਨਾਲ ਹਰਾਇਆ। ਭਾਵੇਂ ਕਿ ਚੋਣ ਤੋਂ ਪਹਿਲਾਂ ਲਾਡੀ ਸ਼ੇਰੋਵਾਲੀਆ ਦੀ ਵੀਡੀਓ ਵਾਇਰਲ ਹੋਈ, ਲੇਕਿਨ ਉਸ ਵੀਡੀਓ ਦਾ ਅਸਰ ਇਸ ਚੋਣ ਉੱਤੇ ਵੇਖਣ ਨੂੰ ਨਹੀਂ ਮਿਲਿਆ। ਉੱਥੇ ਹੀ ਆਮ ਆਦਮੀ ਪਾਰਟੀ ਨੂੰ ਕੁਝ ਖਾਸ ਵੋਟਾਂ ਨਹੀਂ ਮਿਲ ਸਕੀਆਂ। ਆਪਣੀ ਵੋਟ ਬਚਾਉਣ ਵਿੱਚ ਕਾਮਯਾਬ ਰਿਹਾ। ਦੂਸਰਾ, ਉਹਨਾਂ ਨੇ ਹਾਰ ਦਾ ਮੁੱਖ ਕਾਰਨ ਅਖੀਰਲੇ 2 ਦਿਨਾਂ ਵਿੱਚ ਪੈਸੇ ਚੱਲਣ ਨੂੰ ਕਿਹਾ। ਸਾਨੂੰ ਇਸ ਗੱਲ ਦੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਚੋਣ ਪੂਰੇ ਜ਼ੋਰ ਨਾਲ ਲੜੀ ਆ, ਵਰਕਰਾਂ ਨੇ ਲੜੀ ਆ, ਲੀਡਰਾਂ ਨੇ ਲੜੀ ਆ, ਅਕਾਲੀ ਦਲ ਦੇ ਵਰਕਰ ਲੀਡਰ ਹੌਸਲੇ 'ਚ ਰਹੇ ਨੇ ਔਰ ਇਹ ਕਾਂਗਰਸ ਪਾਰਟੀ ਜਾਂ ਉੱਥੋਂ ਦੀ ਸਰਕਾਰ ਦੇ ਸਾਰੇ ਯਤਨ ਨਾਕਾਮ ਕਰਕੇ ਆਪਣੀ ਵੋਟ ਅਸੀਂ ਆਪਣੀ ਸੰਭਾਲਣ ਦੇ ਵਿੱਚ ਸਫਲ ਹੋਏ ਹਾਂ। ਮੈਂ ਸਮਝਦਾ ਅਕਾਲੀ ਦਲ ਦੀ ਬਹੁਤ ਵੱਡੀ ਪ੍ਰਾਪਤੀ ਹੈ। ਅਕਾਲੀ ਦਲ ਦੀ ਕੋਈ ਹਾਰ ਨਹੀਂ ਕਹਿ ਸਕਦੇ, ਕਿਉਂਕਿ ਜੇ ਆਪਣੀ ਵੋਟ ਐਸੇ ਹਨੇਰੀ ਦੇ ਤੇ ਉਲਟੇ ਰੁੱਖਾਂ ਦੇ ਬਾਵਜੂਦ ਅਸੀਂ ਆਪਣੀ ਬਚਾ ਸਕਣ 'ਚ ਸਫਲ ਹੋਏ ਹਾਂ, ਤਾਂ ਮੈਂ ਸਮਝਦਾ ਅਕਾਲੀ ਵਰਕਰ ਤੇ ਅਕਾਲੀ ਲੀਡਰਸ਼ਿਪ ਨੂੰ ਇਸ ਗੱਲ ਦੀ ਵਧਾਈ ਜਾਂਦੀ ਹੈ। ਹਾਰ ਦੀ ਵਜ੍ਹਾ ਕੀ? ਹਾਰ ਦੀ ਵਜ੍ਹਾ ਤਾਂ ਦੇਖੋ, ਅੰਨੇ ਬਾ ਪੈਸਾ ਜਿਹੜਾ ਚੱਲਿਆ ਲਾਸਟ 2 ਦਿਨਾਂ ਦੇ ਵਿੱਚ, ਜਾਂ ਧੱਕਾ ਵੀ ਹੋਇਆ ਸਰਕਾਰੀ ਮਸ਼ੀਨਰੀ ਦਾ ਪਿਛਲੇ 2 ਦਿਨਾਂ 'ਚ, ਔਰ ਖਾਸ ਤੌਰ ਤੇ ਜਦੋਂ ਅਕਾਲੀ ਦਲ ਦਾ ਜਿਹੜਾ ਰੋਡ ਸ਼ੋਅ ਸੀ ਉਹ ਕਾਂਗਰਸ ਦੇ ਰੋਡ ਸ਼ੋਅ ਨਾਲੋਂ 10 ਗੁਣਾ ਪ੍ਰੈਸ ਮੀਡੀਆ ਲੋਕਾਂ ਨੇ ਕਿਹਾ, ਤਾਂ ਉਹਦੇ ਨਾਲ ਕਾਂਗਰਸ ਪਾਰਟੀ ਨੂੰ ਹਲੂਣਾ ਆ ਗਿਆ। ਕਾਂਗਰਸ ਪਾਰਟੀ ਨੇ ਗੰਭੀਰਤਾ ਨਾਲ ਪਿਛਲੇ 2 ਦਿਨ ਜਿਹੜੇ ਨੇ ਉਹ ਪੈਸਾ ਸਰਕਾਰੀ ਮਸ਼ੀਨਰੀ ਝੋਕ ਕੇ ਇਹ ਰਿਜ਼ਲਟ ਕੱਢਣ ਦੇ ਵਿੱਚ ਸਫਲ ਹੋਏ ਨੇ ਕਾਂਗਰਸ ਵਾਲੇ। ਪਰ ਉਹਦੇ ਵੱਡਾ ਕਾਰਨ ਜੋ ਮੈਂ ਸਮਝਦਾ, ਜੇ ਅਸਲੀ ਮਾਇਨੇ ਵਿੱਚ ਐਨਾਲਿਸਿਸ ਕਰੀਏ, ਪੋਲੀਟੀਕਲ ਐਨਾਲਿਸਿਸ ਕਰੀਏ, ਤਾਂ ਇਹ ਆ ਕਿ ਕਾਂਗਰਸ ਨੂੰ ਆਪ ਪਾਰਟੀ ਦੀ ਵੋਟ ਜਿਹੜੀ ਆ ਉਹ ਸਾਰੀ ਚਲੀ ਗਈ ਔਰ ਅਕਾਲੀ ਦਲ ਨੇ ਆਪਣੀ ਵੋਟ ਸੰਭਾਲਣ ਦੇ ਵਿੱਚ ਸਫਲਤਾ ਹਾਸਲ ਕੀਤੀ ਆ। ਇਹ ਚੋਣ ਨਤੀਜਾ ਮੈਂ ਸਮਝਦਾ ਕੁਦਰਤੀ ਤੌਰ ਤੇ ਕਾਂਗਰਸ ਦੇ ਹੱਕ 'ਚ ਜਾਣਾ ਸੀ, ਜਦੋਂ 37,800 ਵੋਟ ਆਪ ਪਾਰਟੀ ਦੀ ਕਾਂਗਰਸ ਨੂੰ ਚਲੀ ਗਈ ਪਿਛਲੀ 41,000 ਦੀ ਵੋਟ ਤੋਂ ਨਿਕਲ ਕੇ, ਤੇ ਕੁਦਰਤੀ ਤੌਰ ਤੇ ਨਤੀਜਾ ਇਹ ਆਉਣਾ ਸੀ। ਸ਼ਾਹਕੋਟ ਚੋਣ ਦੇ ਵਿੱਚ ਅਕਾਲੀ ਉਮੀਦਵਾਰ ਨਾਇਬ ਸਿੰਘ ਕਹਾੜ ਨੇ ਵੋਟਾਂ ਦੀ ਗਿਣਤੀ ਸਮੇਂ EVM ਮਸ਼ੀਨਾਂ ਵਿੱਚ ਗੜਬੜੀ ਹੋਣ ਦੇ ਦੋਸ਼ ਲਗਾਏ ਨੇ। ਸ਼ਾਹਕੋਟ ਜ਼ਮੀਨੀ ਚੋਣ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਮ ਆਦਮੀ ਪਾਰਟੀ ਨੇ ਹਾਰ ਮੰਨ ਲਈ ਹੈ। ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਵੱਲੋਂ 29,000 ਦੀ ਲੀਡ ਹਾਸਲ ਕਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੂਰਾ ਨਤੀਜਾ ਉਡੀਕ ਕੇ ਬਿਨਾਂ ਹੀ ਆਪਣੇ ਘਰਾਂ ਨੂੰ ਚਲੇ ਗਏ। 12ਵੇਂ ਗੇੜ ਤੱਕ ਕਾਂਗਰਸ 61,311 ਅਤੇ ਅਕਾਲੀ ਦਲ 31,400 ਅਤੇ ਆਮ ਆਦਮੀ ਪਾਰਟੀ 1,417 ਵੋਟਾਂ 'ਤੇ ਚੱਲ ਰਹੀ ਸੀ। ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੁਹਾੜ ਨੇ ਵੋਟਿੰਗ ਮਸ਼ੀਨਾਂ 'ਚ ਗੜਬੜੀ ਦੇ ਵੀ ਇਲਜ਼ਾਮ ਲਗਾਏ ਨੇ ਅਤੇ ਉੱਥੋਂ ਉੱਠ ਕੇ ਘਰ ਚਲੇ ਗਏ। ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਵੀ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਪਹਿਲਾਂ ਹੀ ਚੋਣ ਅਖਾੜੇ ਵਿੱਚੋਂ ਖਿਸਕ ਗਏ। ਸ਼ਾਹਕੋਟ ਜ਼ਮੀਨੀ ਚੋਣ 'ਚ ਅਕਾਲੀ ਦਲ ਦੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਉੱਤੇ ਵਰਤਿਆ, ਕਿਹਾ ਕਿ ਸ਼ਾਹਕੋਟ ਦੇ ਲੋਕਾਂ ਨੇ ਅਕਾਲੀ ਦਲ ਨੂੰ ਉਹਨਾਂ ਦੀਆਂ ਗਲਤੀਆਂ ਦੀ ਸਜ਼ਾ ਦਿੱਤੀ ਹੈ। ਉਹਨਾਂ ਕਿਹਾ ਕਿ ਪਿਛਲੇ 20 ਸਾਲਾਂ ਤੋਂ ਸ਼ਾਹਕੋਟ 'ਚ ਅਕਾਲੀ ਦਲ ਦਾ ਰਾਜ ਰਿਹਾ, ਪਰ ਵਿਕਾਸ ਦੇ ਨਾਂ 'ਤੇ ਸ਼ਾਹਕੋਟ ਨੂੰ ਹਾਸ਼ੀਏ 'ਤੇ ਹੀ ਰੱਖਿਆ ਗਿਆ ਹੈ। ਇਸ ਮੌਕੇ ਕੇਂਦਰ ਸਰਕਾਰ ਨੂੰ ਤੇਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ 'ਤੇ ਘੇਰਦਿਆਂ ਉਹਨਾਂ ਪੈਟਰੋਲ ਡੀਜ਼ਲ ਨੂੰ ਵੀ GST ਦੇ ਦਾਇਰੇ ਹੇਠ ਲਿਆਉਣ ਦੀ ਮੰਗ ਕੀਤੀ। ਕਾਂਗਰਸੀ ਲੀਡਰਾਂ ਨੇ ਕਿਹਾ ਕਿ ਪਿਛਲੇ 10 ਸਾਲਾਂ 'ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋਇਆ ਹੈ, ਪਰ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ 'ਚ ਕੋਈ ਖਾਸ ਵਾਧਾ ਨਹੀਂ ਕੀਤਾ ਗਿਆ। ਇਸ ਮੌਕੇ ਸੁਨੀਲ ਜਾਖੜ ਨੇ ਹਰਸਿਮਰਤ ਬਾਦਲ 'ਤੇ ਵੀ ਸਿਆਸੀ ਹਮਲੇ ਕੀਤੇ। ਪੰਜਾਬ ਦੇ ਲੋਕਾਂ ਨੇ ਅਤੇ ਖਾਸ ਤੌਰ 'ਤੇ ਸ਼ਾਹਕੋਟ ਦੇ ਲੋਕਾਂ ਨੇ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਦੀ ਨੀਤੀਆਂ ਅਤੇ ਕੈਪਟਨ ਸਾਹਿਬ ਦੀ ਰਹਿਨੁਮਾਈ 'ਚ ਜਿਸ ਤਰ੍ਹਾਂ ਕਰਜ਼ੇ ਮਾਫੀ ਦਾ ਹੈ, ਪੰਜਾਬ ਦੇ ਅੰਦਰ ਰੂਲ ਆਫ ਲਾਅ ਸਟੈਬਲਿਸ਼ ਕੀਤਾ ਹੈ, ਜੰਗਲ ਰਾਜ ਖਤਮ ਕੀਤਾ ਹੈ, ਉਹਨਾਂ ਸਾਰੀ ਨੀਤੀਆਂ ਦੇ ਉੱਤੇ ਇੱਕ ਵਾਰ ਫਿਰ ਤੋਂ ਮੋਹਰ ਲਾਈ ਹੈ ਅਤੇ ਉੱਥੇ ਹੀ ਨਾਲ ਦੀ ਨਾਲ ਅਕਾਲੀ ਦਲ ਨੂੰ ਆਪਣੀ ਜਗ੍ਹਾ ਦੱਸਤੀ, ਕਿਉਂਕਿ ਆਹ ਜਿਹੜੀ ਸੀਟ ਹੈ ਅਕਾਲੀ ਦਲ ਪਿਛਲੇ 20 ਸਾਲ ਤੋਂ ਸ਼ਾਹਕੋਟ 'ਤੇ ਕਾਬਜ਼ ਸੀਗਾ। ਅੱਜ ਇਹਦੇ ਨਾਲ ਨਾਲ ਇੱਕ ਸਵਾਲ ਆਹ ਵੀ ਉੱਠਦਾ ਹੈ ਵੀ ਅਕਾਲੀ ਦਲ ਨੂੰ ਵੀ ਹੁਣ ਦੇਖਣਾ ਪਊਗਾ ਕਿ ਉਹ ਸੁਖਬੀਰ ਬਾਦਲ ਜੀ ਦੀ ਲੀਡਰਸ਼ਿਪ ਨੂੰ ਐਕਸੈਪਟ ਕਰਨਗੇ, ਕਿਉਂਕਿ ਇੱਕ ਤੋਂ ਬਾਅਦ ਚਾਹੇ ਗੁਰਦਾਸਪੁਰ ਸੀਗਾ, ਚਾਹੇ ਅੱਜ ਸ਼ਾਹਕੋਟ ਹੈ,
ਚਾਹੇ ਕਾਰਪੋਰੇਸ਼ਨ ਦੇ ਇਲੈਕਸ਼ਨ ਸੀਗੇ ਤੇ ਚਾਹੇ ਮਿਊਨਿਸਪੈਲਿਟੀਜ਼ ਦੇ ਇਲੈਕਸ਼ਨ ਦੇ, ਹਰੇਕ ਥਾਂ ਅਕਾਲੀ ਦਲ ਨੂੰ ਇੱਕ ਬਹੁਤ ਹੀ ਨਿਮੋਸ਼ੀ ਦਾ ਮੁਕਾਮ ਦੇਖਣਾ ਪਿਆ ਤੇ ਉਹ ਵੀ ਅੱਜ ਸੰਦੇਸ਼ ਲੋਕਾਂ ਨੇ ਦਿੱਤਾ। ਤਵਸਤ ਗੜ ਨਹੀਂ, ਮੈਂ ਸਮਝਦਾ ਅਕਾਲੀ ਦਲ ਦਾ ਤੇ ਇਹਨਾਂ ਦੀ ਲੀਡਰਸ਼ਿਪ ਦਾ ਅਹੰਕਾਰ ਤਵਸਤ। ਇੱਥੇ ਜੀਜਾ ਸਾਲਾ ਆ ਜਾਂਦੇ ਨੇ ਉੱਥੇ ਆਰਤੀ ਕਰਦੇ ਆ ਵੀ ਜਿੱਥੇ ਆਉਂਦੇ ਹਾਰ ਪੱਕੀ ਆ ਅਕਾਲੀ ਦਲ ਦੀ, ਯਾਦ ਰੱਖੋ ਮੇਰੀ ਗੱਲ, ਸੰਨਿਆਸ ਲੈ ਲੈਣ ਘਰੇ ਬਹਿ ਜਾਣ। ਇਹ ਉਹ ਦੋ ਥਾਵਾਂ ਨੇ, ਇੱਕ ਥਾਂ ਤੇ ਅਸੀਂ ਆਪਣਾ ਪ੍ਰਧਾਨ ਸਥਾਪਿਤ ਕੀਤਾ ਜਿਹੜੇ ਇਹਨਾਂ ਦੇ ਕਦੇ ਧਵਸਤ ਨਾ ਹੋਣ ਵਾਲੇ ਗੜ ਸੀ, ਯਾਦ ਰੱਖਿਓ। ਇਹਨੂੰ ਸੇਂਧ ਨਹੀਂ ਲਾਈ, ਇਹਨੂੰ ਢਾਹ ਕੇ ਕਾਂਗਰਸ ਉੱਥੇ ਅਗਲੇ 20-25 ਸਾਲ ਲਈ ਸਥਾਪਿਤ ਕਰਨੀ ਔਰ ਇਹਨਾਂ ਨੂੰ ਫਿਰ ਘਰਾਂ 'ਚ ਵਾੜਨਾ। ਜਿਹੜੇ ਜਰਨੈਲ ਕਹਾਉਂਦੇ ਸੀ 40-40 ਹਜ਼ਾਰ ਦੇ ਉੱਤੇ ਹਾਰੇ ਆ, ਇਹ ਜੋ ਨੇਕ ਨੀਤੀ ਕਾਂਗਰਸ ਸਰਕਾਰ ਦੀ, ਇਹ ਉਹਨੂੰ ਵੀ ਇਹ ਫੁੱਲ ਚੜ੍ਹਾਏ ਨੇ ਲੋਕਾਂ ਨੇ ਔਰ ਇਹ ਗੱਲ ਦੱਸ ਦਿੱਤੀ ਵੀ ਭਾਵਾਂ ਕਾਂਗਰਸ ਨਾਲ ਮਾੜੀ ਮੋਟੀ ਕਿਤੇ ਨਾਰਾਜ਼ਗੀ ਹੋਵੇ, ਇਹਨਾਂ ਨੂੰ ਮੂੰਹ ਲਾ ਕੇ ਕੋਈ ਰਾਜ਼ੀ ਨਹੀਂ। ਇਹਨਾਂ ਦੇ ਲਈ ਸੁਣੋ ਇਹ ਨਫ਼ਰਤ ਨਹੀਂ, ਨਫ਼ਰਤ ਤੋਂ ਬਹੁਤ ਜ਼ਿਆਦਾ ਉੱਤੇ ਹੈ। ਲੋਕ ਕਹਿੰਦੇ ਯਾਰ ਇਹਨਾਂ ਦਾ ਨਾਮ ਨਾ ਲਓ। ਇੱਕ ਜਦੋਂ ਦੀ ਇਹ ਡਰੱਗਸ ਦੀ ਲਹਿਰ ਚੱਲੀ ਹੈ, ਲੋਕ ਇਹਨਾਂ ਨੂੰ ਮੰਨ ਕੇ ਰਾਜ਼ੀ ਹੀ ਨਹੀਂ। ਭੁੱਖਾ ਰਾਜਦਾ, ਭੁੱਖੜ ਨਹੀਂ ਰਾਜਦਾ, ਇਹ ਭੁੱਖੜ ਵੀ ਨੇ, ਇਹਨਾਂ ਨੂੰ ਲੋਕ ਨਫ਼ਰਤ ਵੀ ਕਰਦੇ ਆ। ਇਹ 5 ਇਲੈਕਸ਼ਨਾਂ ਨੇ ਦਰਸਾਇਆ। ਇਹ ਜੇ ਇਸ ਇਲੈਕਸ਼ਨ ਦੀ ਗੱਲ ਕਰਨਗੇ, ਇਹਨਾਂ ਨੂੰ ਪੁੱਛੋ ਵੀ ਭਾਈ ਲੁਧਿਆਣੇ ਕੀ ਹੋਇਆ ਸੀ, ਫਿਰ ਜੇ ਇਹਦੀ ਗੱਲ ਕਰਨ ਫਿਰ ਇਹਨਾਂ ਨੂੰ ਪੁੱਛੋ ਭਾਈ ਗੁਰਦਾਸਪੁਰ ਕੀ ਹੋਇਆ ਸੀ। ਇੱਥੇ ਇਹ ਕਰਕੇ ਇਹਨਾਂ ਨੂੰ ਕਿਹਾ ਸਰਕਾਰ ਤੁਹਾਡੀ ਉੱਤੇ ਸੈਂਟਰ ਦੀ। ਜਦੋਂ ਗੁਰਦਾਸਪੁਰ ਇਲੈਕਸ਼ਨ ਹੋਇਆ ਸੀਗਾ, ਕਿਹਨੇ ਇਲੈਕਸ਼ਨ ਕਰਾਇਆ ਸੀਗਾ? ਮੋਦੀ ਸਾਹਿਬ ਨੇ ਨਾ। ਮੇਰੀ ਗੱਲ ਸੁਣੋ, ਇਹ ਪਤੰਗ ਚੜਾ ਰਹੇ ਨੇ ਮੋਦੀ ਸਾਹਿਬ, ਉਹਨਾਂ ਦੀ ਵੀ ਆਈ ਬੋ ਕਾਟੇ ਹੋਣ ਵਾਲੀ ਹੈ। ਮੇਰੀ ਗੱਲ ਲਿਖਣਾ, ਆਈ ਬੋ ਕਾਟੇ ਲਿਖ ਮੇਰੀ ਗੱਲ, ਲੁੱਟਣਾ ਕਿਹਨੇ ਉਹ ਨਹੀਂ ਪਤਾ ਲੱਗਣਾ, ਯਾਦ ਰੱਖੀ ਮੇਰੀ ਗੱਲ। ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।